ਬਾਬਾ ਫਿਰ ਠੀਕ ਹੈ ਆਪਣੀ ਪਾਰਟੀ ਬਚਾ ਲਓ ਤੁਸੀਂ ਆਪਣੀ ਪਾਰਟੀ ਬਚਾ ਲਓ ਪਹਿਲਾਂ ਬਾਅਦ ਦੇਖਾਂਗੇ ਅਸੀਂ ਬਚੇ ਹੀ ਬਚੇ ਆ ਸਾਨੂੰ ਕੋਈ ਫਿਕਰ ਨਹੀਂ ਮੈਂ ਤਾਂ ਤੁਹਾਨੂੰ ਬਚਾ ਦੂੰਗਾ ਤੁਸੀਂ ਇਹ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੀ ਵੀ ਤੇਰੀ ਰੱਖੋ ਮਤਲਬ ਥ੍ਰੈਟ ਕਰ ਰਹੇ ਹੋ ਤੁਸੀਂ ਕਿਹਨੂੰ ਕਿ ਤੁਸੀਂ ਆਪਣੀ ਵੀ ਤੇਰੀ ਰੱਖੋ ਤੁਹਾਡੀ ਵੀ ਤਿਆਰੀ ਹੈ ਜਿਹੜਾ ਸਾਡੇ ਚੋਂ ਗਲਤੀ ਕਰੂਗਾ ਉਹ ਵੀ ਅੰਦਰ ਜਾਊਗਾ ਜਿਹੜਾ ਸਾਡੇ ਤੁਹਾਡੇ ਇੱਥੇ ਬਾਜਵਾ ਸਾਹਿਬ ਜਿਹੜਾ ਸਾਡੇ ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਊਗਾ ਪਰ ਆਪਣੇ ਵਾਲਿਆਂ ਨੂੰ ਬਚਾਓ ਨਾ ਕਿ ਵਿਜੀਲੈਂਸ ਤੇ ਝੰਡਾ ਲਾ ਦਿਓ ਕੀ ਤੇ ਕਰ ਕੀ ਰਹੇ ਹੋ ਕੀ ਕਰ ਰਹੇ ਹੋ ਮੇਰੀ ਗੱਲ ਸੁਣੋ ਇੱਕ ਮਿੰਟ ਚਾਰ ਦਿਨ ਤੁਸੀਂ ਉਹ ਬਠਿੰਡੇ ਵਾਲਾ ਫੜਿਆ ਕਿਉਂ ਨਹੀਂ ਆ ਪਹਿਲੇ ਜੀ ਉਹ ਅੰਦਰ ਹੈ ਜੀ ਨੇ ਉਹ ਹੁਣ ਅੰਦਰ ਹੋਇਆ ਨਹੀਂ ਤੁਸੀਂ ਤਾਂ ਆ ਬੈਠੇ ਨੇ ਥੋੜਾ ਤਾਂ ਅਜੇ ਬੈਠੇ ਨੇ ਥੀ ਕਿਹੜੇ ਇੱਥੇ ਬੈਠੇ ਨੇ ਮੈਂ ਦੱਸ ਦੇਣਾ ਕਿਹੜੇ ਬੈਠੇ ਬੈਠੀ ਜਿਨ੍ਹਾਂ ਦੇ ਗੈਂਗਸਟਰ ਨਾਲ ਨਾਮ ਜੁੜਦੇ ਨੇ ਉਹਦਾ ਮਤਲਬ ਚੀਫ ਨਾਮ ਜੁੜਦੇ ਗੈਂਗਸਟਰ ਨਾਲ ਉਹਦਾ ਮਤਲਬ ਚੀਫ ਮਿਨਿਸਟਰ ਨਾਲ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਇਹ ਕਿਸੇ ਚੀਜ਼ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਹੈ ਟਾਈਮ ਤਾਂ ਲੱਗਦਾ ਤੁਸੀਂ ਬਿਨਾ ਇਨਵੈਸਟੀਗੇਸ਼ਨ ਤੋਂ ਮਿਲਣਾ ਚਾਹੁੰਦੇ ਹੋ ਟਾਈਮ ਤਾਂ ਲੱਗਦਾ ਕਿਸੇ ਟੀਮ ਦੀ ਜਾਂਚ ਕਰਨ ਨੂੰ ਟਾਈਮ ਤਾਂ ਲੱਗਦਾ ਕਿਸੇ ਕਰਾਓ ਤੁਸੀਂ ਸਬਰ ਕਰੋ ਮੈਂ ਕਾਂਗਰਸੀ ਨੂੰ ਬੇਨਤੀ ਕਰਦਾ ਸਬਰ ਕਰੋ ਸਭ ਦੀ ਵਾਰੀ ਆਊਗੀ ਚਲੋ ਠੀਕ ਹੈ ਕਰੋ ਤੁਸੀਂ ਕਰੋ ਤੁਸੀਂ ਫੇਰ ਬੋਲ ਕੇ ਉਹਦਾ ਮਤਲਬ ਤੁਸੀਂ ਕਿਸੇ ਕਿਸਮ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਤੁਸੀਂ ਕਰੋ ਫਿਰ ਆਪਣੀ ਵੀ ਤਿਆਰੀ ਸੋਧੀਏ ਤੋਂ ਬਾਅਦ ਰੱਖੋ ਫਿਰ ਇੱਕ ਅੱਧੇ ਆਪਣੇ ਨੂੰ ਵੀ ਨਾਲ ਹੀ ਕਰਾਓਗੇ ਕਰ ਸਾਹਿਬ ਜਿਨੇ ਪੰਜਾਬ ਦਾ ਇੱਕ ਵੀ ਪੈਸਾ ਖਾਦਾ ਹੈ ਤੇ ਉਹ ਪੈਸੇ ਬਾਰੇ ਕੋਈ ਬੰਦਾ ਕਹੇ ਮੇਰੇ ਤੋਂ ਹਿਸਾਬ ਨਾ ਲਈ ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਅਸੀਂ ਕਿਸੇ ਨੇ ਨਹੀਂ ਕਿਹਾ ਕਿ ਕੋਈ ਹਿਸਾਬ ਨਾ ਲਓ ਅਸੀਂ ਇਹ ਬਿਲਕੁਲ ਨਹੀਂ ਕਿਹਾ ਅਸੀਂ ਤੇ ਕਿਹਾ ਫਿਰ ਆਪਣਾ ਹਿਸਾਬ ਦੋ ਚੇਅਰ ਨੂੰ ਡੈਸ ਕੀਤਾ ਜਾਵੇ ਫਿਰ ਤੁਹਾਡੇ ਸਰਦਾਰੀ ਸਾਹਿਬ ਬਾਹਰ ਕਿਸ ਤਰ੍ਹਾਂ ਨੇ ਤੁਸੀਂ ਡ੍ਰੌਪ ਕੀਤਾ ਵਾਈ ਹੀ ਹੈਜ਼ ਨਾਟ ਬੀਨ ਪੁੱਟ ਇਨ ਬਾਜਵਾ ਜੀ ਕੇਸ ਕਿਉਂ ਨਹੀਂ ਰਜਿਸਟਰ ਕੀਤਾ ਬਾਜਵਾ ਜੀ ਚੇਅਰ ਨੂੰ ਡੈਸ ਕੀਤਾ ਜਾਵੇ ਫਿਰ ਕੇਸ ਕਿਉਂ ਨਹੀਂ ਰਜਿਸਟਰ ਕੀਤਾ ਡੀਐਮ ਸਾਹਿਬ ਸਰ ਇਹਨਾਂ ਨੂੰ ਕਿਉਂ ਨਹੀਂ ਅੰਦਰ ਫੜਿਆ ਜੀ ਜਿਹੜੇ ਇੱਥੇ ਬੈਠੇ ਸੀ ਫਰੰਟ ਰੋ ਵਾਲੇ ਹਾਂ ਡੇਢ ਸਾਲ ਪਹਿਲਾਂ ਕਿੱਥੇ ਨੇ ਨਹੀਂ ਉਹ ਕਿਤੇ ਵੀ ਹੋਣ ਕੈਪਟਨ ਮੰਦਰ ਕਿੱਥੇ ਆ ਸੁਨੀਲ ਜਾਖੜ ਕਿੱਥੇ ਆ ਉਹ ਪਹਿਲੀ ਵਾਰ ਗੁਰਬੀਰ ਕਾਂਗੜ ਕਿੱਥੇ ਆ ਬਲਵੀਰ ਸਿੱਧੂ ਕਿੱਥੇ ਆ ਨਹੀਂ ਉਹ ਸਾਨੂੰ ਪੁੱਛਦੇ ਹੋ ਮਨਪ੍ਰੀਤ ਬਾਦਲ ਕਿੱਥੇ ਆ ਮਨਪ੍ਰੀਤ ਬਾਦਲ ਕਿੱਥੇ ਆ ਨਹੀਂ ਨਹੀਂ ਤੁਹਾਡਾ ਭਰਾ ਫਤਿਹ ਜੰਗ ਬਾਜਵਾ ਕਿੱਥੇ ਆ ਉਹ ਕਿਤੇ ਹੋਏਗਾ ਉਹ ਕਿੱਥੇ ਸਕਦੇ ਨੇ ਉਹ ਤਾਂ ਉੱਧਰ ਚਲੇ ਗਏ ਆ ਇਹ ਸੁਰਜੇ ਵਾਲਾ ਕਹਿ ਰਹੇ ਸੀਗੇ ਬੰਗਲੌਰ ਚ ਕਿ ਜੇ ਪਾਰਟੀ ਸੱਤਾ ਬਦਲ ਗਈ ਇਸਕਾ ਮਤਲਬ ਇਹ ਨਹੀਂ ਹੈ ਕਿ ਬੀਜੇਪੀ ਵਾਲੇ ਬਚ ਜਾਣਗੇ ਇੱਥੇ ਅਸੀਂ ਇਹੀ ਗੱਲ ਕਹਿੰਦੇ ਆ ਜੇ ਸੱਤਾ ਬਦਲ ਗਈ ਸੱਤਾ ਚ ਨਹੀਂ ਰਹੇ ਦਾ ਮਤਲਬ ਇਹ ਨਹੀਂ ਕਿ ਬਚ ਜਾਓਗੇ ਚਾਹੇ ਬੀਜੇਪੀ ਚਲੇ ਜਾਓ ਚਾਹੇ ਬੀਜੇਪੀ ਚਲੇ ਜਾਓ ਜੇ ਪੰਜਾਬ ਦਾ ਪੈਸਾ ਖਾਦਾ ਅੰਦਰ ਹੋਵੋਗੇ ਮਾਨ ਸਾਹਿਬ ਕੋਈ ਨਹੀਂ ਤੁਸੀਂ ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ ਵਾਂਸ ਅਗੇਨ ਯੂ ਆਰ ਜਸਟ ਪਲੇਇੰਗ ਟੂ ਦੀ ਗੈਲਰੀ ਅਸੀਂ ਇਹ ਕਹਿ ਰਿਹਾ ਫਿਰ ਤਿਆਰੀ ਰੱਖੋ ਇੱਥੇ ਵੀ ਕੰਮ ਆਰੰਭਿਆ ਗਿਆ ਡਟ ਕੇ ਇੱਥੇ ਵੀ ਕੰਮ ਆਰੰਭਿਆ ਗਿਆ ਜਿੱਦਣ ਅਸੀਂ ਤੁਹਾਨੂੰ ਦੱਸਣ ਤੇ ਆਏ ਤਾਂ ਤੁਹਾਡੇ ਕੋਲ ਸੁਣਿਆ ਨਹੀਂ ਜਾਣਾ ਤੇ ਬਣ ਕੀ ਰਿਹਾ ਕਰ ਲੋ ਸਾਡੇ ਤੇ ਜੋ ਕਰਨਾ ਠੀਕ ਹੈ ਨਾ ਗੱਲ ਮੁੱਕੀ ਪਰ ਗੱਲ ਮੁੱਕੀ ਪਰ ਇਹ ਗੱਲ ਤੁਸੀਂ ਇਹ ਗੱਲ ਯਾਦ ਰੱਖਿਓ ਇਹ ਗੱਲ ਯਾਦ ਰੱਖਿਓ ਕਿ ਰਾਜ ਇੱਕ ਮਿੰਟ ਤੁਹਾਡੇ ਜਿਹੜੇ ਜਨਰਲ ਸੈਕਟਰੀ ਰਾਹੁਲ ਗਾਂਧੀ ਉਹ ਬੜੇ ਵਧੀਆ ਤਰੀਕੇ ਨਾਲ ਸਵਾਲ ਉਠਾਉਂਦੇ ਨੇ ਅਡਾਨੀਆਂ ਦਾ ਮੋਦੀ ਨਾਲ ਰਿਸ਼ਤੇ ਬਾਰੇ ਆਵਾਜ਼ ਉਠਾਈ ਠੀਕ ਹੈ ਜੀ ਅਗਲੇ ਦਿਨ ਮੋਦੀ ਨੇ ਜਵਾਬ ਦਿੱਤਾ ਉਸ ਦਿਨ ਉਹ ਆਏ ਨਹੀਂ ਨੋ ਪ੍ਰੋਬਲਮ ਪਰ ਕੱਲ ਮੈਂ ਛੱਤੀਸਗੜ੍ਹ ਗਿਆ ਇਹ ਉਸ ਤੋਂ ਪਹਿਲਾਂ ਰਾਜਸਥਾਨ ਤੇ ਛੱਤੀਸਗੜ੍ਹ ਤੇ ਰਾਜਸਥਾਨ ਦੇ ਵਿੱਚ ਅੰਡਾਨੀਆਂ ਨੂੰ ਤੁਸੀਂ ਮਾਇਨਾ ਦੇ ਰੱਖੀਆਂ ਨੇ ਤੇ ਵੈਸੇ ਕਾਂਗਰਸ ਪਾਰਟੀ ਨੇ ਤੁਸੀਂ ਠੇਕੇ ਦੇਤੇ ਉਹਨੂੰ ਦਿੱਲੀ ਕਾਂਗਰਸ ਪਾਰਟੀ ਨੇ ਅੰਡਾਨੀ ਨੂੰ ਦਿੱਲੀ ਦੇ ਵਿੱਚ ਅੰਡਾਨੀ ਨੂੰ ਮਾਇਨਾ ਦੇ ਰੱਖੀਆਂ ਛੱਤੀਸਗੜ੍ਹ ਤੇ ਰਾਜਸਥਾਨ ਚ ਵੈਸੇ ਬੋਲ ਦੋ ਤੁਸੀਂ ਤੁਹਾਡੇ ਅੰਡਾਨੀ ਦੇ ਠੇਕੇ ਨੇ ਦਿੱਲੀ ਸਾਰੇ ਬਹਿ ਜਾਓ ਟੱਕੇ ਰਹੋ ਇੱਥੇ ਵੀ ਦੋ ਕੋਈ ਨਾ ਕੋਈ ਟੱਕੇ ਰਹੋ ਇੱਥੇ ਵੀ ਕੁਝ ਨਿਕਲੂਗਾ ਟੱਕੇ ਰਹੋ ਚਲੋ ਤੁਸੀਂ ਕਰ ਲਓ ਜੀ ਬਹਿ ਜਾਓ ਮਾਨਾ ਮੇਰੀ ਕਮੀਜ਼ ਪਰ ਲੱਖੋਂ ਦਾਗ ਹੈ ਪਰ ਖੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਸਾਡੇ ਧੱਬੇ ਨਹੀਂ ਹੈਗੇ ਤੁਹਾਡੇ ਕੋਲ ਧੱਬੇ ਨੇ ਇਹ ਧੱਬਾ ਇਸ ਗੱਲ ਨਹੀਂ ਕਿਉਂਕਿ ਕਮੀਜ਼ ਹੈ ਪਾਟਣ ਵਾਲੀ ਹੈ ਮਾਨਯੋ ਧੱਬਾ ਨਹੀਂ ਹੈ ਕਮੀਜ਼ ਹੀ ਪਾਟ ਜਾਣੀ ਧੱਬਾ ਕਿੱਥੇ ਰਹਿ ਜਾਣਾ ਤੁਸੀਂ ਆਪਾਂ ਛੱਡ ਲਈ ਹੈ ਚਲੋ ਬਾਜਵਾ ਜੀ ਚੇਅਰ ਨੂੰ ਡਿਸਕਸ ਕਰੋ ਚਲੋ ਗੱਲ ਆਪਾਂ ਸਿੱਧਾ ਇੱਧਰ ਨੂੰ ਕਰੀਏ ਜੀ ਗੱਲ ਚੇਅਰ ਨੂੰ ਡਿਸਕਸ ਕਰੋ ਅੱਛਾ ਚਲੋ ਇਹ ਕਰ ਲੈਨੇ ਹੁਣ ਇਹ ਦੱਸੋ ਹਾਂ ਤੁਹਾਡੇ ਜਿਹੜੇ ਆਪ ਦਾ ਉਹ ਤੁਹਾਡਾ ਹੈ ਉਹ ਇਹ ਅਰਵਿੰਦ ਕੇਜਰੀਵਾਲ ਸਾਹਿਬ ਉਹਨੇ ਗਰੰਟੀ ਦਿੱਤੀ ਕਿ 20,000 ਕਰੋੜ ਰੁਪਈਆ ਮੈਂ ਤੁਹਾਨੂੰ ਰੇਤ ਚੋਂ ਇਕੱਠਾ ਕਰਕੇ ਦਿਉਂ ਹਰ ਸਾਲ ਦਾ ਕਿੰਨੇ ਹੋਏ ਨੇ 1.25 ਕਰੋੜ ਮੈਨੂੰ ਪਤਾ ਮੈਂ ਦੱਸੂਗਾ ਕਿਹੜੇ ਕਿਹੜੇ ਮਾਫੀਏ ਫੜੇ ਨੇ ਉਹ ਔਰ ਕੌਣ ਕੌਣ ਨੇ ਔਰ ਚੰਨੀ ਵੀ ਨਾਮ ਹੈ ਉਹ ਚੰਨੀ ਦਾ ਨਾਮ ਹੈ ਉਹ ਚ ਔਰ ਚੰਨੀ ਦੇ ਜਿਹੜੇ ਚਹੇਤੇ ਨੇ ਇੱਥੇ ਬੈਠੇ ਨੇ ਥੋੜਾ ਮੂੰਹ ਪਰਾ ਕਰ ਲੈਂਦੇ ਉਦੋਂ ਜਦੋਂ ਇੱਥੇ ਦੀ ਗੱਲ ਹੁੰਦੀ ਹੈ ਸਾਰੇ ਹੈਗੇ ਨੇ ਕੋਈ ਗੱਲ ਸਾਰੇ ਹੈਗੇ ਨੇ ਮੈਂ ਕਹਿੰਦਾ ਮੈਂ ਕਿਹਾ ਜੀ ਚਿੱਠੇ ਐਡੇ ਨੇ ਤੁਸੀਂ ਦੇਖੋਗੇ ਜਿਹੜੀਆਂ ਪਬਲਿਕ ਮਾਇਨਾ ਅਸੀਂ ਚਲਾਈਆਂ ਨੇ ਸੁਣੋ ਬਾਜਵਾ ਸਾਹਿਬ ਸੁਣੋ
ਬਾਜਵਾ ਸਾਹਿਬ ਜਿਹੜੀਆਂ ਪਬਲਿਕ ਮੈਨਾਂ ਅਸੀਂ ਚਲਾਤੀਆਂ 5.5 ਫੁੱਟ ਰੁਪਏ ਫੁੱਟ ਵਾਲੀਆਂ ਪਹਿਲਾਂ ਕਿਉਂ ਨਹੀਂ ਚਲਾਈਆਂ ਹੁਣ 9.5 ਨੂੰ ਚਲਾਈਆਂ ਤੁਸੀਂ ਨਹੀਂ 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 5.5 ਰੁਪਏ ਫੁੱਟ ਉੱਥੋਂ ਮਿਲਦਾ ਤੇ ਰੁਪਈਆ 50,000 ਕਰੋੜ ਇਕੱਠਾ ਹੋਇਆ 5.5 ਚਲੋ ਟਰਾਲੀ ਲੈ ਕੇ ਚਲੋ ਚਲੋ ਮੈਨਾਂ ਟਰਾਲੀ ਲੈ ਕੇ ਚਲੋ ਤੁਹਾਨੂੰ ਸਾਲ ਚ ਆਇਆ ਕੀ ਅਸਲ ਚ ਨਾ ਤੁਹਾਨੂੰ ਜਿਹੜੀਆਂ ਤੁਸੀਂ ਚਲਾਈਆਂ ਨੇ ਆਪਣੀ ਗਵਰਨਮੈਂਟ ਦੇ ਕੋਲ 50 ਕਰੋੜ ਰੁਪਈਆ ਸਾਲ ਚ ਆਇਆ ਇੱਕ ਮਿੰਟ ਬਾਜਵਾ ਸਾਹਿਬ ਕੱਲ ਤੁਹਾਡੇ ਕਾਂਗਰਸ ਚ ਇੰਨੀ ਕਾਲੀ ਮੱਚੀ ਵੀ ਭਗਵੰਤ ਮਾਨ ਨੂੰ ਗਾਲਾਂ ਕੱਢਣ ਦਾ ਟਾਈਮ ਮਿਲ ਗਿਆ G20 ਕੈਂਸਲ ਹੋ ਗਿਆ ਕਰੋ ਤੁਹਾਡੇ ਐਮਪੀ ਨੇ ਪ੍ਰੈਸ ਕਾਨਫਰੰਸ ਕਰਤੀ ਮੈਨੂੰ ਗਾਲਾਂ ਕੱਢਣ ਦੀ ਇੰਨੀ ਕਾਲੀ ਕਾਹਦੀ ਹੁੰਦੀ ਹੈ ਯਾਰ ਤੁਹਾਡਾ ਕਾਗਜ਼ ਪੱਤਰ ਵੀ ਦੇਖ ਲਿਆ ਮੇਰਾ ਐਮਪੀ ਹੋ ਸਕਦਾ ਯਾਰ ਹਾਂਜੀ ਹਾਂਜੀ ਨਹੀਂ ਹੋਇਆ ਤੁਸੀਂ ਪਿਆਦੇ ਹੋ 5.5 ਰੁਪਏ ਸਾਡੇ ਮਿਨਿਸਟਰ ਬੈਠੇ ਨੇ ਚਾਰ ਰੋਜ਼ ਤੁਸੀਂ ਕਦੇ ਟਰਾਲੀ ਲੈ ਕੇ ਜਾਓ ਟਰਾਲੀ ਲੈ ਕੇ ਜਾਓ 5.5 ਰੁਪਏ ਚ ਭਰ ਲਿਆਓ ਜੇ ਕੋਈ 9.5 ਰੁਪਏ ਮੰਗੇ ਅੱਛਾ ਸਾਨੂੰ ਦੱਸ ਦਿਓ ਉਹਨਾਂ ਦੇ ਕੇ ਬਾਜਵਾ ਸਾਹਿਬ ਅੱਖਾਂ ਮਿਲਾਓ ਅੱਖਾਂ ਹੀ ਮਿਲਾ ਰਹੇ ਮੋਗੇ ਥੋੜਾ ਰਹੇ ਅੱਖਾਂ ਮਿਲਾ ਰਹੇ ਗੱਲ ਆਪ ਦੀ ਗੱਲ ਕੀਤੀ ਹੈ ਸੀਚੇਵਾਲ ਦੀ ਗੱਲ ਕੀਤੀ ਦੋ ਜਵਾਬ ਲਓਗੇ ਐਕਸ਼ਨ ਉਹਨਾਂ ਤੇ ਦਾਦਾ ਜੀ ਮਿੱਤਲ ਤੇ ਲਵਲੀ ਵਾਲੇ ਇਹਨਾਂ ਦੀ ਗੱਲ ਦਾ ਕੋਈ ਜਵਾਬ ਅੱਛਾ ਇਹਨਾਂ ਦੀ ਗੱਲ ਦਾ ਜਵਾਬ ਦੇ ਦਿੰਦੇ ਕੱਲ ਵੀ ਟਵੀਟ ਕਰ ਕੇ ਪਾਕਿਸਤਾਨ ਨੂੰ ਇਹ ਟਵੀਟੋ ਟਵੀਟੀ ਖੇਡਦੇ ਆ ਨਹੀਂ ਇਹ ਪਾਕਿਸਤਾਨ ਨੂੰ ਆਏ ਨਹੀਂ ਨਹੀਂ ਇਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਇਹ ਕੋਈ ਗੱਲ ਦਾ ਜਵਾਬ ਨਹੀਂ ਕੋਈ ਪਤਾ ਨਹੀਂ ਕੀ ਕਹਿੰਦੇ ਇਹ ਤਾਂ ਕਦੇ ਕਿਤੇ ਜਾਏ ਹੁੰਦੇ ਕਦੇ ਕਿਤੇ ਜਾਏ ਹੁੰਦੇ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਇਹਨਾਂ ਨੂੰ ਟਾਈਮ ਮਿਲ ਜਾਏ ਤਾਂ ਤੁਰ ਜਾਂਦੇ ਨੇ ਹਟਾਓ ਸਰ ਇਹਨਾਂ ਨੂੰ ਸਪੀਕਰ ਸਾਹਿਬ ਟਾਈਮ ਪੂਰਾ ਹੋ ਗਿਆ